ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ ਦੋਸਤੋ। ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ। ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ। ਅੱਜ ਦਾ ਵਲੌਗ ਇੰਪੋਰਟੈਂਟ ਹੈ, ਗੱਲ ਕਰਨੀ ਹੈ ਕੈਨੇਡਾ ਅਤੇ ਅਮਰੀਕਾ ਦੇ ਹਾਲਾਤਾਂ ਨੂੰ ਲੈ ਕੇ। ਦਰਅਸਲ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਤੋਂ ਬਾਅਦ ਹੁਣ ਕਿਊਬਿਕ ਦੇ ਪ੍ਰੀਮੀਅਰ ਨੇ ਮੁਲਾਕਾਤ ਕੀਤੀ ਹੈ ਡੋਨਲਡ ਟਰੰਪ ਦੇ ਨਾਲ। ਡੋਨਲਡ ਟਰੰਪ ਜਿਹੜੇ ਕਿ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਹੋਣਗੇ, ਜਨਵਰੀ ਦੇ ਵਿੱਚ ਆਪਣਾ ਕਾਰਜਭਾਰ ਸੰਭਾਲਣਗੇ, ਪਰ ਉਸ ਤੋਂ ਪਹਿਲਾਂ ਉਹਨਾਂ ਨੇ 25% ਟੈਕਸ ਨੂੰ ਲੈ ਕੇ ਚੇਤਾਵਨੀ ਦਿੱਤੀ ਕੈਨੇਡਾ ਨੂੰ, ਅਤੇ ਉਸ ਦੇ ਪਿੱਛੇ ਕਾਰਨ ਸੀਗਾ ਇਨਲੀਗਲ ਤੌਰ ਦੇ ਉੱਤੇ ਮਾਈਗ੍ਰੇਸ਼ਨ, ਜਿਹੜਾ ਕਿ ਵੱਡੇ ਪੱਧਰ 'ਤੇ ਕੈਨੇਡਾ ਦੀ ਸਰਹੱਦ ਤੋਂ ਇਨਲੀਗਲ ਤੌਰ ਦੇ ਉੱਤੇ ਮਾਈਗ੍ਰੇਟ ਹੁੰਦੇ ਨੇ ਲੋਕ ਅਮਰੀਕਾ ਵਾਸਤੇ। ਸੋ ਇਸ ਸਭ ਨੂੰ ਲੈ ਕੇ ਅੱਜ ਦੇ ਵੀਡੀਓ ਦੇ ਵਿੱਚ ਡਿਸਕਸ ਕਰਨਾ ਹੈ ਕਿ ਟਰੂਡੋ ਤੋਂ ਬਾਅਦ ਜਿਹੜੀ ਹੁਣ ਨਵੀਂ ਮੁਲਾਕਾਤ ਹੋਈ ਹੈ ਉਸ ਦੇ ਵਿੱਚ ਕੀ ਕੁਛ ਨਵਾਂ ਹੈ, ਅਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੰਕੇਤ ਹੈ, ਖਾਸ ਕਰਕੇ ਜੇਕਰ ਇਨਲੀਗਲ ਤੌਰ 'ਤੇ ਕੋਈ ਪਲੈਨਿੰਗ ਕਰ ਰਿਹਾ ਹੈ, ਜਾਂ ਫਿਰ ਜਿਹੜੇ ਕੈਨੇਡਾ ਤੋਂ US ਵਾਸਤੇ ਇਨਲੀਗਲ ਤੌਰ 'ਤੇ ਇੰਟਰੀ ਕੀਤੇ ਨੇ ਉਹਨਾਂ 'ਤੇ ਇਹਦਾ ਕੀ ਅਸਰ ਪੈਣ ਵਾਲਾ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਅਤੇ ਅਮਰੀਕਾ ਦੇ ਹਾਲਾਤਾਂ ਨੂੰ ਲੈ ਕੇ ਦਰਅਸਲ ਇਹ ਤਸਵੀਰ ਜਿਹੜੀ ਆਪਣੇ ਆਪ ਦੇ ਵਿੱਚ ਖਾਸ ਕਿਉਂ ਹੈ। ਸੋ ਅੱਜ ਦੀ ਵੀਡੀਓ ਦੇ ਵਿੱਚ ਇਸੇ ਟੌਪਿਕ 'ਤੇ ਡਿਸਕਸ ਕਰਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਤੁਹਾਡਾ ਆਪਣਾ ਚੈਨਲ ਹੈ, ਤੁਹਾਡੀ ਗੱਲ ਕਰਦੇ ਹਾਂ, ਪ੍ਰਮੋਸ਼ਨਲ ਕੰਟੈਂਟ ਨਹੀਂ ਤਿਆਰ ਕਰਦੇ। ਕੇਪਸ ਨੋਟ SOP ਛੱਲ ਚਾਹੁੰਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ। ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਵੀਡੀਓ ਸ਼ੁਰੂ ਕਰ ਲੈਂਦੇ ਹਾਂ। ਦਰਅਸਲ ਬੀਤੇ ਦਿਨ ਪਹਿਲਾਂ ਜਸਟਿਨ ਟਰੂਡੋ ਜਿਹੜੇ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਦੇ ਵੱਲੋਂ ਡੋਨਲਡ ਟਰੰਪ ਜਿਹੜੇ ਕਿ ਅਮਰੀਕਾ ਦੇ ਹੋਣ ਵਾਲੇ ਰਾਸ਼ਟਰਪਤੀ ਨੇ, ਜਿਨ੍ਹਾਂ ਨੇ ਹਾਲ ਫਿਲਹਾਲ ਦੇ ਵਿੱਚ ਅਮਰੀਕਾ ਦੀ ਇਲੈਕਸ਼ਨ ਜਿੱਤੀ ਹੈ, ਅਤੇ ਹੁਣ ਜਨਵਰੀ ਦੇ ਵਿੱਚ ਉਹ ਕਾਰਜਭਾਰ ਸੰਭਾਲਣਗੇ, ਸਹੁੰ ਚੁੱਕ ਸਮਾਗਮ ਹੋਵੇਗਾ ਉਹਨਾਂ ਦਾ, ਪਰ ਉਸ ਤੋਂ ਪਹਿਲਾਂ ਉਹਨਾਂ ਨੇ ਧਮਕੀ ਦੇ ਤੌਰ 'ਤੇ ਕੈਨੇਡਾ ਨੂੰ 25% ਟੈਕਸ ਲਗਾਉਣ ਦੀ ਗੱਲ ਕੀਤੀ ਹੈ, ਅਤੇ ਕੈਨੇਡਾ ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਉਹ ਅਮਰੀਕਾ ਦੇ ਨਾਲ ਵਪਾਰ ਕਰਦਾ ਹੈ। ਸੋ ਅਮਰੀਕਾ ਕੈਨੇਡਾ ਦੇ ਰਿਸ਼ਤਿਆਂ ਨੂੰ ਲੈ ਕੇ ਨਾ ਸਿਰਫ ਇਹਦੇ ਨਾਲ ਕੁੜੱਤਨ ਆਉਂਦੀ ਹੈ, ਨਾਲ ਦੀ ਨਾਲ ਹੀ ਅਮਰੀਕਾ ਦੇ ਇਸ ਫੈਸਲੇ ਤੋਂ ਬਾਅਦ ਕੈਨੇਡਾ ਦੀ ਖਾਸ ਕਰਕੇ ਇਕਨੋਮੀ ਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ ਹੈ। ਸੋ ਪਹਿਲਾਂ ਜਸਟਿਨ ਟਰੂਡੋ ਨੇ ਮੁਲਾਕਾਤ ਕੀਤੀ, ਇਸ ਦੌਰਾਨ ਕਾਫੀ ਹੋ ਹੱਲਾ ਹੋਇਆ, ਹਾਲਾਂਕਿ ਇੱਕ ਉਹ ਕੈਨੇਡਾ ਨਾਮ ਦਾ ਸਲੋਗਨ ਲਿਖ ਕੇ, ਜਾਂ ਕਹਿ ਸਕਦਾ ਕਿ ਕੈਨੇਡਾ ਦਾ ਜਿਹੜਾ ਰਾਸ਼ਟਰੀ ਐਂਥਮ ਆ ਉਹਦੇ ਵਿੱਚ ਉਹ ਕੈਨੇਡਾ ਹੈ, ਉਸਦਾ ਮਜ਼ਾਕ ਉਡਾਇਆ ਗਿਆ ਡੋਨਲਡ ਟਰੰਪ ਦੇ ਵੱਲੋਂ। ਇੱਕ ਤਸਵੀਰ AI ਨਾਲ ਜਨਰੇਟਡ ਉਹਨਾਂ ਦੇ ਵੱਲੋਂ ਐਕਸ 'ਤੇ ਪੋਸਟ ਕੀਤੀ ਗਈ, ਅਤੇ ਉਸ ਸਾਰੇ ਵਿਵਾਦ ਤੋਂ ਬਾਅਦ ਹੁਣ ਇਸ ਤੋਂ ਬਾਅਦ ਕਿਊਬਿਕ ਦੇ ਪ੍ਰੀਮੀਅਰ ਨੇ ਮੁਲਾਕਾਤ ਕੀਤੀ ਹੈ ਡੋਨਲਡ ਟਰੰਪ ਦੇ ਨਾਲ। ਦਰਅਸਲ ਪੈਰਿਸ ਦੇ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿੱਥੇ ਦੁਨੀਆ ਭਰ ਦੇ ਵੱਡੇ ਲੀਡਰ ਜਿਹੜੇ ਆ ਉਹ ਪਹੁੰਚੇ ਆ, ਉੱਥੇ ਹੀ ਕਿਊਬਿਕ ਦੇ ਪ੍ਰੀਮੀਅਰ ਜਿਹੜੇ ਨੇ ਉਹ ਵੀ ਉਚੇਚੇ ਤੌਰ 'ਤੇ ਪਹੁੰਚੇ, ਅਤੇ ਉਹਨਾਂ ਦੀ ਮੁਲਾਕਾਤ ਜਿਹੜੀ ਹੈ ਉਹ ਡੋਨਲਡ ਟਰੰਪ ਦੇ ਨਾਲ ਹੋਈ। ਤੁਹਾਨੂੰ ਦੱਸ ਦਿੰਦੇ ਹਾਂ, ਕਿਊਬਿਕ ਆਪਣਾ ਇੱਕ ਲੰਮਾ ਬਾਰਡਰ ਜਿਹੜਾ ਉਹ ਅਮਰੀਕਾ ਦੇ ਨਾਲ ਸ਼ੇਅਰ ਕਰਦਾ ਹੈ, ਅਤੇ ਉੱਥੋਂ ਵੀ ਵੱਡੇ ਲੈਵਲ ਦੇ ਉੱਤੇ ਜਿਹੜਾ ਹੈ ਉਹ ਇਨਲੀਗਲ ਤੌਰ 'ਤੇ ਮਾਈਗ੍ਰੈਂਟ ਜਿਹੜੇ ਹੈ ਉਹ US ਦੇ ਵਿੱਚ ਇੰਟਰ ਹੁੰਦੇ ਨੇ। ਹੱਥ ਮਿਲਾਉਂਦਿਆਂ ਦੀ ਤਸਵੀਰ ਜਿਹੜੀ ਹੈ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਹੜੀ ਕੈਨੇਡਾ ਦੇ ਕਈ ਵੱਡੇ ਨਿਊਜ਼ਪੇਪਰ ਨੇ ਹੈੱਡਲਾਈਨ ਵੀ ਬਣਾਈ ਹੈ, ਜਿਸ ਦੇ ਵਿੱਚ ਡੋਨਲਡ ਟਰੰਪ ਨਜ਼ਰ ਆ ਰਹੇ ਨੇ ਸੱਜੇ ਪਾਸੇ, ਯਾਨੀ ਕਿ ਰਾਈਟ ਸਾਈਡ 'ਤੇ, ਅਤੇ ਲੈਫਟ ਸਾਈਡ 'ਤੇ ਖੜ੍ਹੇ ਨਜ਼ਰ ਆ ਰਹੇ ਨੇ ਜਿਹੜੇ ਕਿਊਬਿਕ ਦੇ ਪ੍ਰੀਮੀਅਰ ਨੇ ਉਹ ਲੇਗੋਲਟ। ਉਹਨਾਂ ਦੇ ਵੱਲੋਂ ਕਹਿ ਸਕਦੇ ਹਾਂ ਕਿ ਇੱਕ ਮੁਲਾਕਾਤ ਕੀਤੀ ਗਈ ਹੈ ਡੋਨਲਡ ਟਰੰਪ ਦੇ ਨਾਲ, ਅਤੇ ਉੱਥੇ ਜਿਹੜੀ ਚਰਚਾ ਹੋਈ ਹੈ ਉਹ ਦੋ ਚਰਚਾ ਹੋਈਆਂ ਨੇ। ਪਹਿਲੀ ਚਰਚਾ ਹੋਈ ਹੈ ਜਿਹੜਾ ਇਨਲੀਗਲ ਤੌਰ 'ਤੇ ਮਾਈਗ੍ਰੇਸ਼ਨ ਹੋ ਰਿਹਾ ਹੈ, ਯਾਨੀ ਕਿ ਇੱਥੋਂ ਲੋਕ ਕੈਨੇਡਾ ਜਾਂਦੇ ਨੇ ਫਿਰ ਇਨਲੀਗਲ ਤੌਰ ਦੇ ਉੱਤੇ US ਦਾ ਬਾਰਡਰ ਟੱਪ ਕੇ US ਵਾਲੇ ਪਾਸੇ ਚਲੇ ਜਾਂਦੇ ਨੇ। ਇੱਕ ਤਾਂ ਉਸ ਟੌਪਿਕ ਨੂੰ ਲੈ ਕੇ ਚਰਚਾ ਹੋਈ ਹੈ ਕਿ ਉਹਨੂੰ ਕਿਤਨਾ ਘਟਾਇਆ ਜਾ ਸਕਦਾ ਹੈ, ਕਿਤਨਾ ਬਾਰਡਰ ਦੇ ਉੱਤੇ ਪੈਟਰੋਲਿੰਗ ਜਾਂ ਬਾਰਡਰ ਦੇ ਉੱਤੇ ਸਿਕਿਉਰਿਟੀ ਜਿਹੜੀ ਉਹਨੂੰ ਟਾਈਟ ਕੀਤਾ ਜਾ ਸਕਦਾ ਹੈ। ਸੈਕੰਡ, ਇਹਦੇ ਉੱਤੇ ਜਿਹੜੀ
ਚਰਚਾ ਹੋਈ ਹੈ ਉਹ ਹੋਈ ਹੈ ਕਿ ਜਿਹੜਾ US ਕੈਨੇਡਾ ਦੀ ਰਿਲੇਸ਼ਨਸ਼ਿਪ ਹੈ, ਖਾਸ ਕਰਕੇ ਉਹਦੇ ਵਿੱਚ ਜਿਹੜਾ ਟੈਰਿਫ ਦਾ ਰੋਲ ਹੈ ਉਹ ਕੀ ਰੋਲ ਪਲੇ ਕਰੇਗਾ, ਅਤੇ ਉਹਦੇ ਨਾਲ ਕੈਨੇਡਾ ਦੀ ਇਕਨੋਮੀ ਨੂੰ ਵੱਡੀ ਸੱਟ ਵੱਜੇਗੀ। ਜਦੋਂ ਜਸਟਿਨ ਟਰੂਡੋ ਨੇ ਮੁਲਾਕਾਤ ਕੀਤੀ ਸੀਗੀ ਤਾਂ ਹਾਲਾਂਕਿ ਜਸਟਿਨ ਟਰੂਡੋ ਨੇ ਤਾਂ ਇੱਥੇ ਕੋਈ ਗੱਲ ਨਹੀਂ ਕੀਤੀ, ਪਰ US ਦੇ ਕਈ ਵੱਡੇ ਨਿਊਜ਼ ਪੇਪਰਸ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀਗਾ ਕਿ ਡੋਨਲਡ ਟਰੰਪ ਨੇ ਕਿਹਾ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਇੱਕ ਟੈਰਿਫ ਤੁਹਾਡੀ ਇਕਨੋਮੀ ਦੇ ਉੱਤੇ ਵੱਡਾ ਭਾਰ ਪਾ ਦੇਵੇਗਾ ਤਾਂ ਤੁਸੀਂ ਅਮਰੀਕਾ ਦਾ 51ਵਾਂ ਸੂਬਾ ਜਿਹੜਾ ਉਹ ਬਣ ਜਾਓ। ਉਸ ਤੋਂ ਬਾਅਦ ਜਦੋਂ ਇੱਕ ਐਕਸ ਦੇ ਉੱਤੇ ਪੋਸਟ ਕੀਤੀ ਗਈ ਅਮਰੀਕਾ ਦੇ ਆਉਣ ਵਾਲੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ, ਤਾਂ ਉਹਦੇ ਵਿੱਚ ਜੋ ਸਲੋਗਨ ਲਿਖਿਆ ਗਿਆ ਸੀਗਾ, ਜੋ ਕੈਪਸ਼ਨ ਲਿਖਿਆ ਗਿਆ ਸੀਗਾ, ਉਸ ਕੈਪਸ਼ਨ ਤੋਂ ਬਾਅਦ ਇਸ ਨੂੰ ਲੈ ਕੇ ਬਹੁਤ ਵੱਡੇ ਲੈਵਲ ਦੇ ਉੱਤੇ ਚਰਚਾ ਛਿੜੀ। ਅਤੇ ਹੁਣ ਇਸ ਸਭ ਨੂੰ ਲੈ ਕੇ ਜਦੋਂ ਨਵੇਂ ਕਹਿ ਸਕਦੇ ਕਿ ਇੱਕ ਹੋਰ ਮੁਲਾਕਾਤ ਹੋਈ ਹੈ ਪੈਰਿਸ ਦੇ ਵਿੱਚ, ਜਿਹੜੀ ਮੁਲਾਕਾਤ ਹੋਈ ਹੈ ਉਸ ਮੁਲਾਕਾਤ ਤੋਂ ਬਾਅਦ ਹੁਣ ਕਿਤੇ ਨਾ ਕਿਤੇ ਇਹ ਕਿਆਸ ਲਗਾਏ ਜਾ ਰਹੇ ਨੇ, ਕਿਉਂਕਿ ਜਦੋਂ ਇੱਕ ਵੱਡੇ ਲੈਵਲ ਦੇ, ਕਿਉਂਕਿ ਕਿਊਬਿਕ ਇੱਕ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਜੇਕਰ ਕੈਨੇਡਾ ਦੀ ਗੱਲ ਕਰੀਏ, ਅਤੇ ਜੇਕਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਹਿਲਾਂ ਮੁਲਾਕਾਤ ਕਰਦੇ ਨੇ, ਉਸ ਤੋਂ ਬਾਅਦ ਕਿਊਬਿਕ ਦੇ ਕਹਿ ਸਕਦੇ ਪ੍ਰੀਮੀਅਰ ਮੁਲਾਕਾਤ ਕਰਦੇ ਨੇ, ਅਤੇ ਇਹ ਕੋਈ ਬਹੁਤਾ ਕਹਿ ਸਕਦਾ ਕਿ ਇਸ ਨੂੰ ਬਹੁਤ ਲਾਈਟ ਨਹੀਂ ਲਿਆ ਜਾ ਸਕਦਾ। ਇਸ ਦਾ ਮਤਲਬ ਇਹ ਕਿ ਕੈਨੇਡਾ ਉਸ 25% ਟੈਰਿਫ ਨੂੰ ਬਹੁਤ ਸੀਰੀਅਸ ਲੈ ਰਿਹਾ ਹੈ, ਅਤੇ ਜਿਹੜੇ ਵੀ ਪਲਾਨ ਕਰ ਰਹੇ ਨੇ ਕਿ ਅਸੀਂ ਕੈਨੇਡਾ ਤੋਂ US ਵਾਲੇ ਪਾਸੇ ਚੱਲ ਜਾਈਏ, ਉਹਨਾਂ ਨੂੰ ਆਪਣਾ ਪਲਾਨ ਜਿਹੜਾ ਹੈ ਉਹਨੂੰ ਰੀਥਿੰਕ ਕਰਨਾ ਚਾਹੀਦਾ, ਅਤੇ ਮੇਰੇ ਹਿਸਾਬ ਨਾਲ ਰਿਵਾਈਜ਼ ਵੀ ਕਰਨਾ ਚਾਹੀਦਾ ਹੈ, ਨਹੀਂ ਹੁਣ ਪਲਾਨ ਕਰਨਾ ਚਾਹੀਦਾ ਕਿਉਂਕਿ ਹੁਣ US ਤੁਹਾਡੇ ਲਈ ਕੱਲ੍ਹ ਦੀ ਘੜੀ ਜਿਹੜੀ ਹੈ ਉਹ ਬਣ ਸਕਦਾ ਹੈ। ਸੋ ਉਮੀਦ ਕਰਦਾ ਵਲੌਗ ਪਸੰਦ ਆਇਆ ਹੋਗਾ, ਚੈਨਲ ਨੂੰ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ, ਤੁਹਾਡੀ ਗੱਲ ਕਰਦੇ ਅਸੀਂ, ਪ੍ਰਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ। ਕਿਪਸ ਨੂੰ SOP ਛੱਲ ਚਾਹੁੰਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ, ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰੋ, ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।